2019 ਅਤੇ 2020 ਦਾ ਉਹ ਸਮਾਂ ਸ਼ਾਇਦ ਹੀ ਕਿਸੇ ਦੇ ਜ਼ਿਹਨ ਵਿੱਚੋਂ ਨਿਕਲਿਆ ਹੋਵੇ। ਪੂਰੀ ਦੁਨੀਆ ਆਪਣੇ ਹੀ ਘਰ ਦੇ ਵਿੱਚ ਕੈਦ ਹੋ ਕੇ ਰਹਿ ਗਈ ਸੀ। ਇਸੇ ਦੌਰਾਨ ਨਿਊਜ਼ੀਲੈਂਡ ਵਿੱਚ ਇੱਕ ਪੰਜਾਬੀ ਨੌਜਵਾਨ ਦਵਿੰਦਰ ਸਿੰਘ ਤੇ ਦੋਸ਼ ਲੱਗੇ ਸਨ ਕਿ ਉਹ ਕੁਆਰੰਟਾਈਨ ਦੌਰਾਨ ਹੋਟਲ ਦੀ ਫੈਂਸ ਟੱਪ ਕੇ ਕੁਆਰੰਟਾਈਨ ਫੈਸਿਲਿਟੀ ਵਿੱਚੋਂ ਭੱਜ ਗਿਆ ਸੀ ਅਤੇ ਕਰੀਬ 70 ਮਿੰਟ ਬਾਅਦ ਵਾਪਸ ਪਰਤਿਆ ਸੀ। ਇਸ ਘਟਨਾ ਤੋਂ ਅਗਲੇ ਦਿਨ ਉਸਨੂੰ ਕੋਰੋਨਾ ਦੀ ਪੁਸ਼ਟੀ ਹੋਈ ਸੀ, ਜਿਸ ਕਾਰਨ ਲੋਕਾਂ ਦੇ ਗੁੱਸੇ ਦਾ ਵੀ ਦਵਿੰਦਰ ਸਿੰਘ ਨੂੰ ਕਾਫੀ ਸਾਹਮਣਾ ਕਰਨਾ ਪਿਆ ਸੀ। ਉਸਦੀ ਆਨਲਾਈਨ ਵੀ ਕਾਫੀ ਆਲੋਚਨਾ ਹੋਈ ਸੀ। ਦਵਿੰਦਰ ਸਿੰਘ ਨੂੰ ਇਸ ਕਾਰਨ ਕਾਫੀ ਮਾਨਸਿਕ ਪਰੇਸ਼ਾਨੀ ਚੱਲਣੀ ਪਈ ਅਤੇ ਇਸ ਕਰਕੇ ਉਸਨੇ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਲਿਆ ਸੀ। ਦਵਿੰਦਰ ਸਿੰਘ ਤੇ ਕੋਵਿਡ-19 ਪਬਲਿਕ ਹੈਲਥ ਰਿਸਪੋਂਸ ਐਕਟ ਤਹਿਤ ਕਾਰਵਾਈ ਕੀਤੀ ਗਈ ਸੀ ਤੇ ਬੀਤੇ ਦਿਨੀ ਜੱਜ ਬ੍ਰੌਕ ਗਿਬਸਨ ਨੇ ਅਲੋਨ ਟ੍ਰਾਇਲ ਦੇ ਵਿੱਚ ਦਵਿੰਦਰ ਸਿੰਘ ਤੇ ਲੱਗੇ ਸਾਰੇ ਦੋਸ਼ ਸਬੂਤਾਂ ਦੀ ਘਾਟ ਕਾਰਨ ਖਤਮ ਕਰ ਦਿੱਤੇ ਹਨ। ਦਵਿੰਦਰ ਸਿੰਘ ਦੇ ਕੇਸ ਦੀ ਪੈਰਵਾਈ ਵਕੀਲ ਸੈਮ ਬਿਮ ਸੈੱਟ ਕਰ ਰਹੇ ਸਨ, ਪਰ ਨਾਲ ਹੀ ਵਕੀਲ ਸੈਮ ਦਾ ਇਹ ਵੀ ਕਹਿਣਾ ਹੈ ਕਿ ਦਵਿੰਦਰ ਦੀ ਸੱਚਾਈ ਨੂੰ ਇਸ ਕੇਸ ਵਿੱਚ ਦਰਕਿਨਾਰ ਕੀਤਾ ਗਿਆ ਹੈ, ਕਿਉਂਕਿ ਜੋ ਦੋਸ਼ ਦਵਿੰਦਰ ਸਿੰਘ ਤੇ ਲੱਗੇ ਸਨ ਉਹ ਸੱਚੇ ਨਹੀਂ ਸਨ। ਅਸਲੀਅਤ ਵਿੱਚ ਦਵਿੰਦਰ ਸਿੰਘ ਸਿਕਿਉਰਿਟੀ ਗਾਰਡ ਤੋਂ ਪੁੱਛ ਕੇ ਸੁਪਰ ਮਾਰਕੀਟ ਤੋਂ ਟੁੱਥਪੇਸਟ ਲੈਣ ਗਿਆ ਸੀ। ਇੰਨਾ ਹੀ ਨਹੀਂ, ਜਿਸ ਫੈਂਸ ਨੂੰ ਟੱਪ ਕੇ ਬਾਹਰ ਭੱਜਣ ਦੀ ਗੱਲ ਕੀਤੀ ਗਈ ਸੀ ਉਹ ਫੈਂਸ ਹੋਟਲ ਦੇ ਮੁੱਖ ਗੇਟ ਤੇ ਲੱਗੀ ਹੋਈ ਸੀ ਅਤੇ ਦਵਿੰਦਰ ਸਿੰਘ ਉਸ ਨੂੰ ਟੱਪ ਕੇ ਨਹੀਂ ਬਲਕਿ ਉਹ ਫੈਂਸ ਦੇ ਖੁੱਲੇ ਹਿੱਸੇ ਵਿੱਚੋਂ ਬਾਹਰ ਨਿਕਲਿਆ ਸੀ। ਪੁਲਿਸ ਵੱਲੋਂ ਦਵਿੰਦਰ ਦਾ ਪਿੱਛਾ ਵੀ ਕੀਤਾ ਗਿਆ, ਇਸ ਗੱਲ ਦੀ ਵੀ ਕੋਈ ਸੱਚਾਈ ਸਾਹਮਣੇ ਨਹੀਂ ਆਈ। ਵਕੀਲ ਅਨੁਸਾਰ ਦਵਿੰਦਰ ਸਿੰਘ ਇੱਕ ਪੰਜਾਬੀ ਹੈ ਤੇ ਉਸਦੀ ਪਹਿਲੀ ਭਾਸ਼ਾ ਵੀ ਪੰਜਾਬੀ ਹੈ। ਉਸਨੂੰ ਅੰਗਰੇਜ਼ੀ ਦਾ ਬਹੁਤਾ ਗਿਆਨ ਨਾ ਹੋਣ ਕਰਕੇ ਕੋਵਿਡ-19 ਸੰਬੰਧੀ ਹਦਾਇਤਾਂ ਵਾਲੇ ਜਿਹੜੇ ਪੈਂਫਲੈਟ ਜਾਂ ਸਪੀਚ ਦਵਿੰਦਰ ਸਿੰਘ ਨੂੰ ਦਿੱਤੇ ਗਏ ਸਨ ਉਹ ਉਸਨੂੰ ਸਮਝ ਨਹੀਂ ਲੱਗੇ, ਜਿਸ ਕਰਕੇ ਉਸਨੂੰ ਇਹ ਨਹੀਂ ਪਤਾ ਲੱਗਿਆ ਕਿ ਉਹ ਬਾਹਰ ਜਾ ਸਕਦਾ ਹੈ ਜਾਂ ਨਹੀਂ। ਇਸ ਕਰਕੇ ਉਸ ਕੋਲ ਅਣਜਾਣੇ ਦੇ ਵਿੱਚ ਇਹ ਭੁੱਲ ਹੋਈ ਸੀ। ਬਿਊਰੋ ਰਿਪੋਰਟ, ਐਂਜਡ, ਪੰਜਾਬੀ ਨਿਊਜ਼।